कई कमेटियां ने भी कह दिया ने आ गए मुंह चक के थोनू किराया नहीं मिलना। अच्छा फिर वो साढ़े लिए टूरनामेंट जी तीन दिन का हो जाता है। ਉਹ ਆਇਆ ਜੀ ਸਾਡੇ ਅਸੀਂ ਇਧਰੋਂ ਜਦੋਂ ਗੱਡੀ ਕਰਦੇ ਆ ਸਾਡੇ ਕੋਲ ਇੱਕ ਪਾਸੇ ਦਾ ਹੀ ਤੇਲ ਹੁੰਦਾ ਜੀ। ਅੱਛਾ ਸਾਡਾ ਤਾਂ ਡੈਡ ਸ਼ੋਰ ਹੈ ਵੀ ਅਸੀਂ ਉਧਰੋਂ ਕਿਰਾਇਆ ਲੈ ਕੇ ਮੁੜਨਾ ਜੀ। ਅੱਛਾ ਜੇ ਕਿਰਾਇਆ ਨਾ ਮਿਲਿਆ ਜੀ ਉਧਰੋਂ ਫਿਰ ਗੱਡੀ ਅਸੀਂ ਉੱਥੇ ਖੜਾਏ ਆਉਂਦੇ ਆ। ਫਿਰ ਪਹਿਲਾਂ ਤੁਰ ਕੇ ਸਾਰੀ ਟੀਮ ਪਿੰਡ ਆਉਂਦੀ ਹੈ ਜੀ। ਅੱਛਾ ਇਧਰੋਂ ਫਿਰ ਜੀ ਪਿੰਡ ਚੋਂ ਢਾਲ ਇਕੱਠੀ ਕਰਕੇ ਬੋਤਲਾਂ 'ਚ ਤੇਲ ਪਵਾ ਕੇ ਲਿਜਾਂਦੇ ਆ ਫਿਰ ਗੱਡੀ ਕੋਲੇ ਤੁਰ ਕੇ ਫਿਰ ਪਹੁੰਚ ਰਹੇ ਆ। ਫਿਰ ਜੀ ਉਹ 'ਚ ਤੇਲ ਪਾ ਕੇ ਵਾਪਸ ਲੈ ਕੇ ਆਉਣਾ। ਇੱਕ ਤੁਹਾਨੂੰ ਪਤਾ ਰਾਤ ਹੋ ਜਾਂਦੀ ਹੈ ਜੀ ਕੌਡੀ ਦਾ ਅੱਜ ਕੱਲ੍ਹ ਇਹੋ ਜਿਹਾ ਨਾਂ ਹੋ ਗਿਆ ਵੀ ਪਲੇਅਰ ਨੂੰ ਕੋਈ ਹੱਥ ਦੇ ਗੱਡੀ ਖੜਾਉਂਦਾ ਨਹੀਂ ਹੈਗਾ ਜੀ। ਤਾਂ ਕਰਕੇ ਸਾਡੇ ਲਈ ਟੂਰਨਾਮੈਂਟ ਲੰਬਾ ਲੰਘ ਜਾਂਦਾ ਜੀ। ਇੱਕ ਨਿੱਕਾ ਸਵਾਲ ਹੈ, ਹਾਂਜੀ ਤੁਸੀਂ ਫਿਰ ਤੁਰ ਕੇ ਕਿੰਨੇ ਦਿਨਾਂ 'ਚ ਪਿੰਡ ਪਹੁੰਚਦੇ ਹੋ? ਹੁਣ ਦੂਰ ਦੂਰ ਟੂਰਨਾਮੈਂਟ ਹੁੰਦੇ ਆ ਜੀ, ਕਿੰਨੇ ਕੁ ਦਿਨ ਫਿਰ ਵੀ ਤੁਹਾਨੂੰ ਲੱਗ ਜਾਂਦੇ? ਇੱਕ ਜੀ ਇੱਕ ਵਾਰੀ ਅਸੀਂ ਸੁਲਤਾਨਪੁਰ ਲੋਧੀ ਖੇਡਣ ਗਏ ਸੀ। ਅੱਛਾ ਅਸੀਂ ਉੱਥੇ 28 ਜਨਵਰੀ ਦੇ ਮੈਚ ਸੀ। ਅੱਛਾ ਅਸੀਂ ਫਰਵਰੀ 'ਚ ਆਏ ਸੀ ਜੀ ਪਿੰਡ। ਦੇਖ ਲਓ ਮਿਹਨਤ ਇਹੀ ਹੁੰਦੀ ਹੈਗੀ, ਫਰਵਰੀ ਦੇ ਵਿੱਚ ਤੁਰੇ ਸੀ।